ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ ਇਸ ਵਿੱਚ ਜਿਹੜਾ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਨੂੰ ਲੈ ਕੇ ਲਗਾਤਾਰ ਵਿਵਾਦ جاری ਹੈ ਪੰਜਾਬ ਸਰਕਾਰ ਵੱਲੋਂ ਐਲਾਨਿਆ ਗਿਆ ਹੈ ਕਿ ਜਿਹੜਾ ਪੈਸਾ ਕਿਸਾਨਾਂ ਨੂੰ ਖਰੀਦਾਰਾਂ ਵੱਲੋਂ ਮਿਲਣਾ ਹੈ ਉਹ ਆੜਤੀਆਂ ਰਾਹੀਂ ਹੀ ਮਿਲੇਗਾ ਇਹ ਸਾਰਾ ਵਿਵਾਦ ਕੀ ਹੈ ਤੇ ਕਿਸ ਨੂੰ ਜਿਹੜਾ ਇਸ ਤੋਂ ਬੈਨੀਫਿਟ ਹੋਣਾ ਹੈ ਇਹ ਜਾਣਨ ਦੇ ਲਈ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਤੇ ਕਿਸਾਨ ਆਰਗੇਨਾਈਜੇਸ਼ਨ ਵੀ ਕਈ ਪੈਰਵੀ ਵੀ ਉਹ ਕਰ ਚੁੱਕੇ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਬਲਤੇਜ ਸਿੰਘ ਸਿੱਧੂ ਜੀ ਸਰ ਜੀ ਨਾਲ ਸਰ ਜਿਹੜਾ ਇਹ ਪੂਰਾ ਮਾਮਲਾ ਹੈ ਸੂਬਾ ਸਰਕਾਰ ਦੇ ਕੋਲ ਕੋਈ ਜੂਰੀਡਿਕਸ਼ਨ ਹੈ ਕੋਈ ਅਜਿਹੀ ਐਕਟ ਹੈ ਜਾਂ ਕੁਝ ਕਾਨੂੰਨੀ ਤੌਰ ਤੇ ਉਹ ਅਜਿਹੇ ਫੈਸਲੇ ਲੈ ਸਕਦੀ ਹੈ ਆਪਣੇ ਆਪ ਅ ਦੇਖੋ ਪੂਜਾ ਜੀ ਇਹ ਬੜਾ ਭਖ ਦਾ ਮਸਲਾ ਹੈ ਤੁਸੀਂ ਉਠਾਇਆ ਮੈਂ ਈਟੀਵੀ ਦੇ ਸਾਰੇ ਸਰੋਤਿਆਂ ਨੂੰ ਔਰ ਈਟੀਵੀ ਦੀ ਟੀਮ ਦਾ ਬੜਾ ਧੰਨਵਾਦ ਕਰਦਾ ਹਾਂ ਸਰੋਤਿਆਂ ਨੂੰ ਜੀ ਐਂ ਕਹਿਣਾ ਇਹ ਬੜਾ ਭੱਖਦਾ ਮਸਲਾ ਹੈ ਪੰਜਾਬ ਸਰਕਾਰ ਨੇ 2018 ਤੋਂ ਗਵਰਨਮੈਂਟ ਆਫ ਇੰਡੀਆ ਚਿੱਠੀਆਂ ਲਿਖ ਰਹੀ ਹੈ ਵੀ ਅਸੀਂ ਸਿੱਧੀ ਕਿਸਾਨ ਦੇ ਖਾਤੇ ਚ ਪੇਮੈਂਟ ਕਰਾਂਗੇ ਔਰ ਕਿਸਾਨ ਯੂਨੀਅਨਾਂ ਵੀ ਪਤਾ ਨਹੀਂ ਕਿਉਂ ਅੱਜ ਭੁੱਲ ਗਈਆਂ ਕਿਸਾਨ ਯੂਨੀਅਨਾਂ ਬੜੇ ਲੰਬੇ ਸਮੇਂ ਤੋਂ ਲੜਾਈ ਲੜ ਰਹੀਆਂ ਸਾਡੀ ਫਸਲ ਦੀ ਪੇਮੈਂਟ ਸਾਡੇ ਖਾਤੇ ਚ ਆਉਣੀ ਚਾਹੀਦੀ ਹੈ ਆੜਤੀਆ ਵਿੱਚੋਂ ਕਮਿਸ਼ਨ ਏਜੰਟ ਕੱਢੋ ਔਰ ਬਾਕੀ ਸਾਰੇ ਕੰਮਾਂ ਦੇ ਵਿੱਚ ਵੀ ਸਰਕਾਰਾਂ ਦਾ ਹਮੇਸ਼ਾ ਜੋਰ ਰੇ ਰਿਹਾ ਹੈ ਵੀ ਕੋਈ ਵੀ ਕੰਮ ਜੇ ਸਰਕਾਰ ਕਰਦੀ ਹੈ ਸਰਕਾਰ ਦੇ ਰਾਹੀਂ ਪੇਮੈਂਟ ਹੁੰਦੀ ਹੈ ਜਾਂ ਕਿਸੇ ਕੰਮ ਦੇ ਵਿੱਚੋਂ ਹੈ ਕਮਿਸ਼ਨ ਏਜੰਟ ਨੂੰ ਦਲਾਲ ਨੂੰ ਕੱਢਿਆ ਜਾਵੇ ਚਾਹੇ ਉਹ ਪਸ਼ੂ ਮੰਡੀ ਐਕਟ ਕੈਟਲ ਵੈਲਫੇਅਰ ਐਕਟ ਉਹਦੇ ਵਿੱਚ ਵੀ ਉਹਨਾਂ ਨੇ ਦਲਾਲ ਨੂੰ ਵਿੱਚੋਂ ਕੱਢਿਆ ਹੋਇਆ ਗਵਰਨਮੈਂਟ ਸਿੱਧਾ ਟਿਕਾ ਲੈਂਦੀ ਹੈ ਹੋਰ ਵੀ ਹਰ ਥਾਂ ਤੇ ਕੋਸ਼ਿਸ਼ ਸਰਕਾਰ ਦੀ ਹੁੰਦੀ ਹੈ ਵੀ ਕੰਮ ਕਰਨ ਵਾਲੇ ਦੀ ਪੇਮੈਂਟ ਹੋਵੇ ਵਿੱਚ ਦਲਾਲ ਨਾ ਪਾਇਆ ਜਾਵੇ ਪਰ ਹੁਣ ਪਤਾ ਨਹੀਂ ਕਿਉਂ ਕਿਸਾਨ ਜੱਥੇਬੰਦੀਆਂ ਵੀ ਇਸ ਗੱਲ ਤੇ ਵਿਜਿਤ ਹੋਈਆਂ ਵੀ ਅਸੀਂ ਤਾਂ ਜੀ ਆੜਤੀਏ ਬੜੇ ਅੱਛੇ ਹੈ ਸਾਡਾ ਆੜਤੀਆਂ ਨਾਲ ਬੜਾ ਪੁਰਾਣਾ ਰਿਸ਼ਤਾ ਹੈਗਾ ਇਹ ਰਿਸ਼ਤਾ ਸਾਡਾ ਖਤਮ ਨਹੀਂ ਹੋਣਾ ਚਾਹੀਦਾ ਸਾਰਥੀ ਨੂੰ ਕਿਸਾਨ ਤੇ ਕਿਸਾਨ ਨੂੰ ਆਰਥਿਕ ਤੇ ਬੜਾ ਵਿਸ਼ਵਾਸ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਕੁਝ ਨਹੀਂ ਚਾਹਣਾ ਜੇ ਤੁਹਾਡਾ ਪਹਿਲਾ ਸਵਾਲ ਹੈ ਵੀ ਗਵਰਨਮੈਂਟ ਆਫ ਇੰਡੀਆ ਕੀ ਪੰਜਾਬ ਸਰਕਾਰ ਇਹ ਕਹਿ ਸਕਦੀ ਹੈ ਵੀ ਪੈਸੇ ਕਿਸਾਨ ਨੂੰ ਅਸੀਂ ਸਿੱਧੇ ਆਰਥੀਰਾਂ ਹੀ ਦੇਵਾਂਗੇ ਨਹੀਂ ਕਹਿ ਸਕਦੀ ਕਿਉਂਕਿ ਕੈਸ਼ ਕ੍ਰੈਡਿਟ ਲਿਮਿਟ ਗਵਰਨਮੈਂਟ ਆਫ ਇੰਡੀਆ ਵੱਲੋਂ ਜਾਰੀ ਹੁੰਦੀ ਹੈ ਅੱਜ ਦੇ ਜੋ ਕੱਲ ਪੰਜਾਬ ਸਰਕਾਰ ਨੇ ਚਿੱਠੀ ਕੱਢੀ ਉਸ ਮੁਤਾਬਕ ਪੰਜ ਏਜੰਸੀਆਂ ਨੂੰ ਖਰੀਦ ਦਾ ਕੰਮ ਦਿੱਤਾ ਗਿਆ ਪਨ ਗ੍ਰੇਨ ਹੈ ਮਾਰਕਫੈਡ ਹੈ ਪੰਸਪ ਹੈ ਵੇਅਰਹਾਊਸਿੰਗ ਕਾਰਪੋਰੇਸ਼ਨ ਹੈ ਐਫਸੀਆਈ ਹੈ ਵੇਅਰਹਾਊਸਿੰਗ ਕਾਰਪੋਰੇਸ਼ਨ ਗਵਰਨਮੈਂਟ ਆਫ ਇੰਡੀਆ ਦਾ ਦਾਰਾ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦਾ ਦਾਰਾ ਹੈ ਉਹਦੇ ਲਈ ਸੀਸੀਐਲ ਪੰਜਾਬ ਸਰਕਾਰ ਨੂੰ ਮਿਲੀ ਹੋਈ ਹੈ ਖਰੀਦਦਾਰ ਕਹਿੰਦਾ ਜੀ ਮੈਂ ਤਾਂ ਜਿਸ ਆਦਮੀ ਤੋਂ ਫਸਲ ਲੈਣੀ ਹੈ ਕਿਸਾਨ ਤੋਂ ਫਸਲ ਲੈਣੀ ਹੈ ਮੈਂ ਤਾਂ ਉਹਨੂੰ ਸਿੱਧੇ ਪੈਸੇ ਦੇਵਾਂਗਾ ਪੰਜਾਬ ਸਰਕਾਰ ਕੌਣ ਹੁੰਦੀ ਇਹ ਕਹਿਣ ਵਾਲੀ ਪੈਸੇ ਐਫਸੀਆਈ ਦੇ ਪੈਸੇ ਗਵਰਨਮੈਂਟ ਆਫ ਇੰਡੀਆ ਦੇ ਵੀ ਨਹੀਂ ਤੁਸੀਂ ਆਰਤੀ ਉਹਨਾਂ ਦੇ ਉਹ ਆਰਤੀ ਅੱਗੇ ਜ਼ਿੰਮੇਦਾਰ ਨੂੰ ਦੇਵੇਗਾ ਨਹੀਂ ਕਹਿ ਸਕਦੀ ਸੋ ਜੇ ਕਿਸਾਨਾਂ ਨੇ ਫਸਲ ਵੇਚਣੀ ਹੈ ਤੇ ਕਿਸਾਨਾਂ ਦੀ ਪੇਮੈਂਟ ਸਿੱਧੀ ਖਰੀਦਦਾਰ ਕੋਲੋਂ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਵਿੱਚ ਢਿੱਕਾ ਨਹੀਂ ਬਣਨਾ ਚਾਹੀਦਾ ਇਹਦੇ ਬੜੇ ਫਾਰ ਰੀਚਿੰਗ ਕੰਸੀਕਵੈਂਸਸ ਹੋਣਗੇ ਜਿਹਦੇ ਨਾਲ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਲੰਬੇ ਸਮੇਂ 'ਚ ਨੁਕਸਾਨ ਹੋ ਲੰਬੇ ਸਮੇਂ 'ਚ ਨਹੀਂ ਬੜੀ ਛੇਤੀ ਨੁਕਸਾਨ ਹੋਏਗਾ ਅਗਲੀਆਂ 2-3 ਫਸਲਾਂ 'ਚ ਪਤਾ ਲੱਗ ਜੇਗਾ ਇਹਦਾ ਕੀ ਹੋਏਗਾ ਕੀ ਹੈ ਸਰ ਇਹ ਪੂਰੀ ਸਕੀਮ ਕੀ ਹੈ ਕੁਝ ਨਹੀਂ ਸਰਕਾਰਾਂ ਵੋਟਾਂ ਦੀ ਰਾਜਨੀਤੀ ਕਰਦੀਆਂ ਹਰ ਆਦਮੀ ਜੋ ਆਪਦੀ ਚੀਜ਼ ਵੇਚਦਾ ਆ ਪੈਸੇ ਲੈਂਦਾ ਅੱਜ ਤੱਕ ਮੈਂ ਪਹਿਲਾਂ ਵੀ ਦੱਸ ਚੁੱਕਾ ਕਿਸਾਨ ਜੀ ਉਹਨਾਂ ਨੇ ਵੀ ਇਹ ਕਹਿੰਦੀਆਂ ਸੀ ਹੁਣ ਇਹਨਾਂ ਨੇ ਪੁਰਾਣੇ ਬਾਜਪਾਈ ਸਾਹਿਬ ਵਾਲੀ ਗੱਲ ਕੱਢ ਲਈ ਮਹਾਰਾਜਾ ਸਾਹਿਬ ਨੇ ਮੈਨੂੰ ਸਮਝ ਨਹੀਂ ਆਉਂਦੀ ਮਹਾਰਾਜਾ ਸਾਹਿਬ ਨੂੰ ਕੀ ਇਤਰਾਜ਼ ਹੈ ਜੇ ਖਰੀਦਦਾਰ ਪੈਸੇ ਕਿਸਾਨ ਨੂੰ ਦੇਣੇ ਚਾਹੁੰਦਾ ਹੈ ਤਾਂ ਸਿੱਧੇ ਕਿਸਾਨ ਦੇ ਖਾਤੇ ਜਾਣੇ ਚਾਹੀਦੇ ਜਿੱਥੋਂ ਤੱਕ ਇਹ ਵਾਰ-ਵਾਰ ਗੱਲ ਕਰਦੇ ਵੀ ਕਿਸਾਨ ਦਾ ਔਰ ਆੜਤੀ ਦਾ ਆਪਸ ਵਿੱਚ ਦੀ ਬਹੁਤ ਜ਼ਿਆਦਾ ਪਿਆਰ ਦਾ ਰਿਸ਼ਤਾ ਬਣਿਆ ਹੋਇਆ ਸਾਰਾ ਬਣਿਆ ਹੋਇਆ ਜੇ ਪਿਆਰ ਦਾ ਰਿਸ਼ਤਾ ਹੈਗਾ ਤੇ ਕਿਸਾਨ ਦੇ ਖਾਤੇ 'ਚ ਪੈਸੇ ਆ ਜਾਣਗੇ ਕਿ ਕਿਸਾਨ ਨੇ ਜੇ ਕੋਈ ਾਰਤੀਏ ਦਾ ਪੈਸਾ ਦੇਣਾ ਹੈ ਬੈਂਕ 'ਚੋਂ ਕਿਸਾਨ ਾਰਤੀਏ ਨੂੰ ਦੇ ਦੇਗਾ ਾਰਤੀਏ ਦਾ ਨੁਕਸਾਨ ਕਿੱਥੇ ਹੋਇਆ ਦੂਸਰੀ ਗੱਲ ਜਿਹੜੀ ਮੈਂ ਨੁਕਸਾਨ ਵਾਲਾ ਆ ਰਿਹਾ ਸੀਗਾ ਨੁਕਸਾਨ ਵਾਲ ਕੀ ਹੋਣਾ ਸਾਨੂੰ 70000 ਕਰੋੜ ਰੁਪਏ ਦੀ ਪੰਜਾਬ ਦੇ ਵਿੱਚ ਫਸਲ ਦੋਨੋਂ ਫਸਲਾਂ 1500 ਨੇ ਵਿਕਦੀਆਂ ਸਪੋਜ਼ ਇਸ ਵਾਰ 27000 ਕਰੋੜ ਰੁਪਇਆ ਸੀਸੀਐਲ ਦਿੱਤੀ ਹੋਈ ਹੈ ਇਹ ਖਰੀਦਣ ਵਾਸਤੇ ਔਰ ਅਸੀਂ ਅੜ ਜਾਂਦੇ ਹਾਂ ਜ਼ਿੰਮੇਵਾਰ ਅੜ ਜਾਂਦਾ ਪੰਜਾਬ ਸਰਕਾਰ ਅੜ ਜਾਂਦੀ ਹੈ ਵੀ ਨਹੀਂ ਅਸੀਂ ਆੜ ਤੱਕ ਰਾਈ ਪੇਮੈਂਟ ਨਹੀਂ ਕਰਨੀ ਤਾਂ ਕੁਸ਼ ਜਿਹੜੀ ਕ੍ਰੌਪ ਹੈਗੀ ਆ ਵਪਾਰੀ ਲੈ ਜਾਂਦਾ ਬਹੁਤ ਜ਼ਿਆਦਾ ਵੀ ਕਿਸਾਨ ਕਹਿੰਦਾ ਅਸੀਂ ਪੈਪਸੀ ਆਈ ਨੂੰ ਵੇਚ ਨਹੀਂ ਨਹੀਂ ਕਿਸਾਨ ਕਹਿੰਦਾ ਅਸੀਂ ਸੈਂਟਰਲ ਗਵਰਨਮੈਂਟ ਦੀ ਏਜੰਸੀ ਨੂੰ ਵੇਚ ਨਹੀਂ ਨਹੀਂ ਕਿਉਂਕਿ ਉਹ ਉਹ ਗਰਦੋਰੀ ਮੰਗ ਰਿਹਾ ਹੈ ਜਮ੍ਹਾਂਬੰਦੀ ਮੰਗ ਰਿਹਾ ਹੈ ਅਸੀਂ ਉਹਨਾਂ ਨੂੰ ਵੇਚ ਨਹੀਂ ਨਹੀਂ ਤਾਂ ਪ੍ਰਾਈਵੇਟ ਵਪਾਰੀ ਖਰੀਦੇਗਾ ਇਹ ਪ੍ਰਾਈਵੇਟ ਵਪਾਰੀ 27000 ਕਰੋੜ ਦੇ ਵਿੱਚੋਂ 7000 ਕਰੋੜ ਰੁਪਏ ਦੀ ਫਸਲ ਪ੍ਰਾਈਵੇਟ ਵਪਾਰੀ ਖਰੀਦ ਗਿਆ ਤਾਂ ਅਗਲੀ ਵਾਰੀ ਗਵਰਨਮੈਂਟ ਆਫ ਇੰਡੀਆ ਨੇ ਸਿੱਧਾ ਕਹਿਣਾ ਪੰਜਾਬ ਦੇ ਵਿੱਚ 27000 ਕਰੋੜ ਦੀ ਲੋੜ ਨਹੀਂ 7000 ਕਰੋੜ ਰੁਪਏ ਵਪਾਰੀ ਖਰੀਦਦਾ ਸਾਡੇ ਤੋਂ ਤੁਸੀਂ ਸੀਸੀਐਲ 20000 ਕਰੋੜ ਦੀ ਲੈ ਲਓ ਤਾਂ ਨੁਕਸਾਨ ਕਿਹਦਾ ਹੋਇਆ ਪੰਜਾਬ ਦਾ ਪੰਜਾਬ ਦੇ ਕਿਸਾਨ ਦਾ ਉਹਦੀ ਸੀਸੀਐਲ ਲਿਮਿਟ ਇਸ ਦਰ ਦੇ ਨਾਲ 7000 ਕਰੋੜ ਰੁਪਏ ਅਗਲੀ ਹਾੜੀ ਜਾਂ ਅਗਲੀ ਫਸਲ 'ਚ ਘਟ ਜੇਗੀ ਸੋ ਕਿਸਾਨਾਂ ਨੂੰ ਚੁੱਪ ਕਰਕੇ ਆਪਦੀ ਫਸਲ ਦਾ ਜੋ ਹੈ ਕਾਗਜ ਦੇਣੇ ਚਾਹੀਦੇ ਆ ਹਾਂ ਪੰਜਾਬ ਸਰਕਾਰ ਜੇ ਕੁਝ ਕਿਸਾਨਾਂ ਵਾਸਤੇ ਕਰ ਸਕਦੀ ਹੋਏ ਕਰ ਸਕਦੀ ਜਿਵੇਂ ਹਰਿਆਣੇ ਦੇ ਵਿੱਚ ਕੀਤਾ ਹੋਇਆ ਹੈ ਉੱਥੇ ਆਪਸ਼ਨਲ ਹੈ ਜੇ ਕਿਸਾਨ ਆੜਤੀਰੇ ਵਿੱਚ ਨਹੀਂ ਚਾਹੁੰਦਾ ਆੜਤੀਰੇ ਵਿੱਚ ਲੈ ਜੇ ਕਿਸਾਨ ਡਾਇਰੈਕਟ ਪੇਮੈਂਟ ਲੈਣੀ ਚਾਹੁੰਦਾ ਡੀਬੀਟੀ ਤਾਂ ਡਾਇਰੈਕਟ ਪੇਮੈਂਟ ਲੈ ਸਕਦਾ ਉਹ ਇਹਨਾਂ ਨੂੰ ਪੋਰਟਲ ਜਿਹਾ ਬਣਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਕਿਸਾਨ ਦੀ ਆਪਸ਼ਨ ਤੇ ਛੱਡ ਦੇਣਾ ਚਾਹੀਦਾ ਤੁਸੀਂ ਖਰੀਦਾਰ ਨੂੰ ਪੈਸੇ ਦੇਣੇ ਆ ਜਾਂ ਤੁਸੀਂ ਵਾਇਆ ਆੜਤੀਆ ਲੈਣੇ ਆ ਨੁਕਸਾਨ ਦੀ ਮਰਜ਼ੀ ਚੱਲੂਗੀ ਜੇ ਉਹਨੂੰ ਆਰਤੀਆਂ ਅੱਛਾ ਲੱਗਦਾ ਆਰਤੀਆਂ ਰੇ ਲੱ ਲਵੇ ਇਹ ਕਾਰਨ ਚ ਪਤਾ ਨਹੀਂ ਪੰਜਾਬ ਸਰਕਾਰ ਨੂੰ ਕੀ ਦਿੱਕਤ ਹੈ ਕਿੱਡਾ ਕੋਟਲ ਬਣਾਉਣਾ ਜਦੋਂ 2018 ਤੋਂ ਲੈਟਰ ਲਿਖੇ ਜਾ ਰਹੇ ਆ ਪਿਛਲੀ ਵਾਰੀ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਝੋਨੇ ਦੀ ਫਸਲ ਦਾ ਪੈਸਾ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਭੇਜਿਆ ਸੀ ਉਹਦੇ ਵਿੱਚ ਉਹਨਾਂ ਨੇ ਰਾਈਡਰ ਲਾਇਆ ਸੀ ਵੀ ਤੁਹਾਨੂੰ ਅਸੀਂ ਇਸ ਵਾਰ ਲਾਸਟ ਪੇਮੈਂਟ ਕਰ ਰਹੇ ਆ ਇਸ ਤੋਂ ਬਾਅਦ ਜੇ ਅਸੀਂ ਤੁਹਾਨੂੰ ਸੀਸੀਐਲ ਦੇਵਾਂਗੇ ਤਾਂ ਤੁਸੀਂ ਸਿੱਧੀ ਕਿਸਾਨ ਦੇ ਖਾਤੇ 'ਚ ਪੇਮੈਂਟ ਕਰੋਗੇ ਤਾਂ ਸੀਸੀਐਲ ਦੇਵਾਂਗੇ ਨਹੀਂ ਤਾਂ ਸੀਸੀਐਲ ਨਹੀਂ ਦੇਵਾਂਗੇ ਇਹਨਾਂ ਨੇ ਹੁਣ ਤੱਕ ਉਹਦਾ ਕੋਈ ਇੰਤ ਹਰਿਆਣਾ ਨਾਲ ਲੱਗਦੀ ਛੇਟ ਹਰਿਆਣਾ ਇੰਤਜ਼ਾਮ ਕਰੀ ਬੈਠਾ ਇਹਨਾਂ ਨੂੰ ਉਹ ਪੋਰਟਲ ਬਣਾਉਣ 'ਚ ਕੀ ਨੁਕਸਾਨ ਆ ਮੈਨੂੰ ਸਮਝ ਨਹੀਂ ਲੱਗਦੀ ਤੇ ਬਿਲਕੁਲ ਤੁਸੀਂ ਸੁਣਿਆ ਕਿ ਇਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਹੜਾ ਹੈ ਕੋਈ ਅਜਿਹਾ ਫੈਸਲਾ ਨਹੀਂ ਲੈ ਸਕਦੀ ਤੇ ਇਸ ਤੋਂ ਇਲਾਵਾ ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਉਸ ਵਿੱਚ ਹੁਣ ਇਹ ਨਵਾਂ ਮੁੱਦਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਪੰਜਾਬ ਦੇ ਵਿੱਚ ਕਿ ਕਿਸਾਨ ਜਿਹੜੇ ਕਿ ਹਮੇਸ਼ਾ ਇਹ ਮੰਗ ਕਰਦੇ ਸੀ ਕਿ ਆੜਤੀਆਂ ਰਾਹੀ ਜਿਹੜੀ ਹੈ ਪੇਮੈਂਟ ਉਹ ਉਹਨਾਂ ਨੂੰ ਨਹੀਂ ਚਾਹੀਦੀ ਯਾਨੀ ਕਿ ਉਹਨਾਂ ਨੂੰ ਡਾਇਰੈਕਟ ਬੈਨੀਫਿਟ ਚਾਹੀਦਾ ਹੈ ਲੇਕਿਨ ਉਹ ਇਸ ਮੁੱਦੇ ਤੋਂ ਹੀ ਜਿਹੜਾ ਹੈ ਕਿਸਾਨ ਵੀ ਜਿਹੜਾ ਹੈ ਆੜਤੀਆਂ ਨਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀ ਕਣਕ ਦੀ ਖਰੀਦ ਦੇ ਦੌਰਾਨ ਕੀ ਕਿਸਾਨ ਡਾਇਰੈਕਟ ਕਿਸਾਨਾਂ ਨੂੰ ਡਾਇਰੈਕਟ ਬੈਨੀਫਿਟ ਟਰਾਂਸਫਰ ਮਿਲਦਾ ਹੈ ਜਾਂ ਫਿਰ ਉਹ ਹੱਲੇ ਵੀ ਜਿਹੜਾ ਇਸੀ ਗੱਲ ਤੇ ਅੜੇ ਰਹਿੰਦੇ ਹੈ ਕਿ ਉਹਨਾਂ ਨੂੰ ਆੜਤੀਆਂ ਰਾਹੀਂ ਪੇਮੈਂਟ ਚਾਹੀਦੀ ਹੈ ਕਿਉਂਕਿ ਆੜਤੀ ਐਸੋਸੀਏਸ਼ਨ ਵੱਲੋਂ ਇਹ ਐਲਾਨਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਸ ਦੇ ਖਿਲਾਫ ਸੰਘਰਸ਼ ਕਰਨਗੇ ਚੰਡੀਗੜ੍ਹ ਤੋਂ ਈਟੀਵੀ ਭਾਰਤ ਦੇ ਲਈ ਪੂਜਾ ਵਰਮਾ ਦੀ ਰਿਪੋਰਟ